जी सारिआं नूं अज असी पहुंचे हां पिंड चक पन्नी वाला दे किसान सतवंत सिंह जी कोल। मेरे नाल डॉक्टर गुरवीर सिंह एडीओ, जरमनजीत सिंह एएसआई, अंशुल बंसल एटीएम जी ब्लाक जलालाबाद तों। सारे अज असी किसान सतवंत सिंह जी दे खेत ते पहुंचे हां। इन्हां ने पिछले चार सालां तों पराली नूं अग नहीं लगाई ते पराली नूं इह पिछले चार सालां तों खेत दे विच ही वाह रहे हन। इन्हां ने काफ़ी इन्हां दा जिहड़ा झाड़ दा वी इन्हां नूं फर्क पिया है अते इन्हां ने पराली नूं ना साड़ के अग ना लगा के वातावरण नूं पलीत होण तों वी बचाया है। आओ इन्हां नाल आपां गल करदे हां। हाँ जी सतवंत सिंह जी, सति श्री अकाल जी। हाँ जी, तुसीं दसो जी, तुसीं किवें अपने तजर्बे कीते आ ते ओह सांझे करो साडे नाल। ਤਜਰਬੇ ਦੇ ਜੀ ਜਿਵੇਂ ਕੁਛ ਤਾਂ ਆਪਦੇ ਵੱਲੋਂ ਵੀ ਜ਼ਮੀਨਾਂ ਪਹਿਲਾਂ ਜਿਵੇਂ ਕਲਰ ਵਾਲੀਆਂ ਸੀਗੀਆਂ। ਹਾਂਜੀ ਹਾਂਜੀ। ਅਤੇ ਪਰਾਲੀ ਵਿੱਚ ਸਾੜਨ ਦਾ ਰੁਝਾਨ ਜਿਹਾ ਸ਼ੁਰੂ ਤੋਂ ਸੀ ਮਾੜਾ। ਫਿਰ ਕੁਛ ਜਿਵੇਂ ਸਰਕਾਰ ਦੀਆਂ ਹਦਾਇਤਾਂ ਹੋਈਆਂ ਉਹਨਾਂ ਨੂੰ ਮੁੱਖ ਰੱਖਦੇ ਹਾਂ ਅਸੀਂ ਪਰਾਲੀ ਵਿੱਚ ਪਾਉਂਦੇ ਰਹੇ ਹਾਂ ਵਾਹ ਕੇ ਅਤੇ ਸਾਨੂੰ ਚੰਗਾ ਰਿਜ਼ਲਟ ਮਿਲਿਆ। ਚਲੋ ਜਿਵੇਂ ਨਾਲ ਸੰਦਾਂ ਦੀ ਟੈਕਨੀਕ ਆਏਗੀ, ਪਹਿਲਾਂ ਤਾਂ ਚਲੋ ਅਸੀਂ ਤਵੀਆਂ ਮਾਰ ਕੇ ਅਤੇ ਛੱਟਾ ਦੇ ਕੇ ਅਤੇ ਰੋਟਾਵੇਟਰ ਮਾਰ ਦੇਣਾ ਜਿਵੇਂ ਵੀ ਔਖੇ ਸੌਖੇ। ਪਿਛਲੇ ਸਾਲ ਬੀਜੀ ਸੁਪਰ ਸੀਡਰ ਨਾਲ। ਅੱਛਾ ਜੀ। ਕੁਛ ਉਹਨਾਂ ਵਿੱਚ ਸਾਨੂੰ ਸਮੱਸਿਆ ਆਈ ਹੈ ਵੀ ਜਦੋਂ ਬੀਜ ਦੀ ਡੂੰਘਾਈ ਤਾਂ ਰੱਖੀ ਅਸੀਂ ਜਿੰਨੀ ਦੱਸੀ ਜਾਂਦੀ ਸਹੀ, ਡੇਢ ਤੋਂ ਡੇਢ ਸੈਂਟੀਮੀਟਰ ਜਾਂ ਦੋ ਸੈਂਟੀਮੀਟਰ ਜਿੰਨੀ ਵੀ, ਡੇਢ ਤੋਂ ਦੋ ਇੰਚ। ਹਾਂਜੀ। ਅਤੇ ਪਰ ਜਦੋਂ ਪਰਾਲੀ ਢੋਲੀ ਤੋਂ ਲੰਘਦੀਆਂ ਉਹ ਜਿਹੜੀਆਂ ਤਵੀਆਂ ਬਣੀਆਂ ਹੁੰਦੀਆਂ ਉਹ ਡਿਸਕ ਜਿਹੜੀ ਉਹ ਲੰਘ ਕੇ ਜਦੋਂ ਬੀਜ ਤਾਂ ਡਿੱਗਿਆ ਅਤੇ ਫਿਰ ਜਦੋਂ ਪਰਾਲੀ ਫੁੱਲਦੀ ਉਹ ਬੀਜ ਕੁਛ ਨੰਗਾ ਹੋ ਜਾਂਦਾ। ਉਹਦੇ ਕਰਕੇ ਸਾਨੂੰ ਵਿੱਚ ਟਿੱਬੀਆਂ ਘੱਟ ਉੱਗੀਆਂ। ਠੀਕ ਹੈ ਜੀ। ਉਹ ਵਿਰਲੀਆਂ ਉੱਗੀਆਂ ਦੀ ਪ੍ਰੋਬਲਮ ਆਈ, ਫਿਰ ਸਾਨੂੰ 20-22 ਦਿਨ ਪਾਣੀ ਲਾਉਣਾ ਪਿਆ, ਫਿਰ ਉੱਗ ਪਈ ਕਣਕ ਉਹ ਠੀਕ ਰਹਿ ਗਿਆ। 50 ਕੁ ਮਣ ਝਾੜ ਵੀ ਸਾਡਾ ਮਿਲ ਗਿਆ ਸਾਨੂੰ ਵੀ ਇੰਨਾ ਸਾਨੂੰ ਨਹੀਂ ਫਰਕ ਮਹਿਸੂਸ ਹੋਇਆ, ਪਰ ਸਾਡਾ ਫਿਰ ਵੀ ਹੁਣ ਵੀ ਇਰਾਦਾ ਇਹੀ ਹੈ ਵੀ ਅਸੀਂ ਸੁਪਰ ਸੀਡਰ ਨਾਲ ਬੀਜੀਏ ਅਤੇ ਇਹਨੂੰ ਅਗਾਂਹ ਜੋ ਕੋਈ ਇਹਦੀ ਕੋਈ ਹੱਲ ਨਵਾਂ ਤੁਸੀਂ ਪਰਾਲੀ ਸੰਭਾਲਣ ਦਾ ਦੱਸ ਰਿਹਾ ਜੇ ਉਹ ਦੱਸਣ ਅੱਜ ਕੈਂਪ 'ਤੇ ਆਏ ਜੇ, ਇਹ ਕੋਈ ਹੋਰ ਕੋਈ ਟੈਕਨੀਕ ਚੰਗੀ ਹੈਗੀ ਅਤੇ ਸਾਨੂੰ ਉਹ ਵੀ ਨਾਲ ਦੱਸੀ ਜਾਵੇ ਅਤੇ ਸਾਡਾ ਇਹ ਹੱਲ ਕੱਢਿਆ ਜਾਵੇ ਜਿਹੜਾ ਇਹ ਕੋਈ ਸੁਪਰ ਸੀਡਰ ਨਾਲ ਜਿਹੜਾ ਬੀਜ ਰਹਿੰਦਾ ਇਹਨੂੰ ਨਾਲ ਅਸੀਂ ਕਿਸ ਤਰ੍ਹਾਂ ਸੈੱਟ ਕਰੀਏ। ਬੀਜ ਵੀ ਅਸੀਂ 60 ਕਿਲੋ ਪਾਇਆ ਸੀ। ਠੀਕ ਹੈ ਜੀ। ਇਹ ਬੀਜ ਵਾਲੀ ਸਮੱਸਿਆ ਚਲੋ ਤੁਹਾਨੂੰ ਆਈ ਆ, ਇਸ ਤੋਂ ਇਲਾਵਾ ਕੋਈ ਹੋਰ ਸਮੱਸਿਆ ਵੀ ਤੁਹਾਨੂੰ ਇਸ ਆਈ ਆ ਸੁਪਰ ਸੀਡਰ ਨਾਲ ਬਿਜਾਈ 'ਚ? ਨਹੀਂ, ਹੋਰ ਕੋਈ ਨਹੀਂ, ਸੌਖਾ ਜਿਹਾ ਲੱਗਾ ਸਗੋਂ ਲੱਗੇ ਹਾਂ ਅਤੇ ਬੀਜ ਕੇ ਰਹਿ ਗਏ ਅਤੇ ਨਾਲੋ ਨਾਲ ਸਾਰੇ ਕੰਮ ਹੋ ਕੇ ਨਿਬੜ ਗਿਆ। ਕੋਈ ਕਣਕ ਦੇ ਵਿੱਚ ਪੀਲੇਪਣ ਦੀ ਸਮੱਸਿਆ ਜਾਂ ਚੂਹਿਆਂ ਦੀ ਸਮੱਸਿਆ? ਕੋਈ ਸਮੱਸਿਆ ਨਹੀਂ ਆਈ, ਚੂਹੇ ਤਾਂ ਪਰਾਲੀ ਜੇ ਥੱਲੇ ਨੱਪੀ ਗਈ ਤਾਂ ਚੂਹੇ ਦੀ ਸਮੱਸਿਆ ਆਉਣੀ ਕੀ ਹੈ। ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਜੀ ਵੀ ਜਿਵੇਂ ਇਹਨਾਂ ਨੇ ਪਰਾਲੀ ਨੂੰ ਵਿੱਚ ਵਾਹ ਕੇ ਅੱਗ